ਭੁਚਾਲ ਕਾਰਨ ਕੰਬਿਆ ਉੱਤਰ ਭਾਰਤ ਪਾਕ ਅਤੇ ਅਫਗਾਨਿਸਤਾਨ ਵਿੱਚ ਮਹਿਸੂਸ ਕੀਤੇ ਗਏ ਭੁਚਾਲ ਦੇ ਜ਼ੋਰਦਾਰ ਝਟਕੇ 130 ਦੇ ਕਰੀਬ ਲੋਕਾਂ ਦੀ ਮੌਤ ਸੈਂਕੜੇ ਜ਼ਖਮੀ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਨੂੰ ਦੇਵੇਗੀ ਇੱਕ ਰੈਂਕ ਇੱਕ ਪੈਨਸ਼ਨ ਦਾ ਤੋਹਫਾ ਚਾਰ ਕਿਸ਼ਤਾਂ ਵਿੱਚ ਮਿਲੇਗਾ ਏਰੀਅਰ 10 ਤੋਂ 12,000 ਕਰੋੜ ਰੁਪਏ ਖਰਚ ਕਰਕੇ 1 ਜੁਲਾਈ 2014 ਤੋਂ ਲਾਗੂ ਹੋਵੇਗੀ ਯੋਜਨਾ ਪਟਿਆਲਾ ਦੇ ਜ਼ਿਲ੍ਹਾ ਸੈਸ਼ਨ ਕੋਰਟ ਵਿੱਚ ਬਹੁਕਰਾੜੀ ਨਸ਼ਾ ਤਸਕਰੀ ਦੇ ਕੇਸ ਵਿੱਚ ਫਸੇ ਜਗਦੀਸ਼ ਪੁਲਾ ਦੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਪੇਸ਼ੀ 3 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਐਡੂਰੇਟਿਡ ਦੇ ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਅੱਜ ਪੂਰੇ ਉੱਤਰ ਭਾਰਤ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਦੁਪਹਿਰ ਕਰੀਬ 4 ਮਿੰਟ ਤੱਕ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਭਾਰਤ ਅਫਗਾਨਿਸਤਾਨ ਅਤੇ ਪਾਕਿਸਤਾਨ ਸਮੇਤ ਕਈ ਥਾਵਾਂ ਤੇ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਪਾਕਿਸਤਾਨ ਵਿੱਚ 107 ਲੋਕਾਂ ਦੀ ਮੌਤ ਜਦਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਅੱਜ ਪੂਰੇ ਉੱਤਰ ਭਾਰਤ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਭੁਚਾਲ ਦਾ ਕੇਂਦਰ ਬਿੰਦੂ ਅਫਗਾਨਿਸਤਾਨ ਦੇ ਹਿੰਦੂ ਕੁਸ਼ ਪਰਬਤ ਵਿੱਚ ਰਿਹਾ ਮੌਸਮ ਵਿਭਾਗ ਮੁਤਾਬਿਕ ਭਾਰਤ ਵਿੱਚ 2:40 ਦੇ ਕਰੀਬ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਭਾਰਤ ਵਿੱਚ ਇਸ ਦੀ ਤੀਬਰਤਾ 7.7 ਮਾਪੀ ਗਈ ਜਦਕਿ ਪਾਕਿਸਤਾਨ ਵਿੱਚ ਇਸ ਦਾ ਸਭ ਤੋਂ ਜ਼ਿਆਦਾ ਸਰਵੇਖਣ ਮਿਲਿਆ ਪਾਕਿਸਤਾਨ ਵਿੱਚ ਭੁਚਾਲ ਦੀ ਤੀਬਰਤਾ 8.1 ਮਾਪੀ ਗਈ ਭਾਰਤ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਅੱਜ ਭੁਚਾਲ ਦੇ ਤੇਜ਼ ਝਟਕਿਆਂ ਕਾਰਨ ਧਰਤੀ ਕੰਬ ਉੱਠੀ ਅਫਗਾਨਿਸਤਾਨ ਦੇ ਖੈਬਰ ਪਖਤੂਨ ਅਤੇ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇਮਾਰਤਾਂ ਡਿੱਗ ਗਈਆਂ ਜਿਸ ਵਿੱਚ 107 ਲੋਕਾਂ ਦੀ ਮੌਤ ਹੋ ਗਈ ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਨੇ ਭੁਚਾਲ ਕਾਰਨ ਸੈਂਕੜੇ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਉੱਤਰ ਭਾਰਤ ਦੇ ਪੰਜਾਬ ਹਰਿਆਣਾ ਦਿੱਲੀ ਤੋਂ ਇਲਾਵਾ ਹੋਰ ਨੇੜਲੇ ਰਾਜਾਂ ਵਿੱਚ ਲੋਕਾਂ ਨੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਉੱਧਰ ਪੂਰੇ ਪੰਜਾਬ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤਕਰੀਬਨ 1 ਮਿੰਟ ਤੱਕ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕਿਆਂ ਨਾਲ ਲੋਕਾਂ ਵਿੱਚ ਦਹਿਸ਼ਤ ਵੇਖਣ ਨੂੰ ਮਿਲੀ ਲੋਕ ਆਪੋ ਆਪਣੇ ਘਰਾਂ ਦੁਕਾਨਾਂ ਅਤੇ ਦਫ਼ਤਰਾਂ ਵਿੱਚ ਬਾਹਰ ਖੁੱਲ੍ਹੇ ਅਸਮਾਨ ਹੇਠ ਆ ਗਏ ਤਕਰੀਬਨ ਕੁਝ ਸੈਕਿੰਡ ਚੱਲੀ ਧਰਤੀ ਦੀ ਹਿਲਜੁਲ ਨੇ ਲੋਕਾਂ ਦੇ ਸਾਹ ਸੂ ਦਿੱਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅੰਮ੍ਰਿਤਸਰ ਬਟਾਲਾ ਪਟਿਆਲਾ ਚੰਡੀਗੜ੍ਹ ਕਾਦੀਆਂ ਬਠਿੰਡਾ ਸਮੇਤ ਵੱਖ ਵੱਖ ਥਾਵਾਂ 'ਤੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉੱਧਰ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਹਿਮਾਚਲ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਭਾਰਤ ਅਤੇ ਪੰਜਾਬ ਵਿੱਚ ਫਿਲਹਾਲ ਕਿਸੇ ਤਰ੍ਹਾਂ ਦੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਰਿਕਟਰ ਸਕੇਲ 'ਤੇ ਭੁਚਾਲ ਦੀ ਤੀਬਰਤਾ 7.7 ਮਾਪੀ ਗਈ ਹੈ ਵਧਦੇ ਅੱਗੇ ਅੰਡਰਵਰਲਡ ਡੌਨ ਛੋਟਾ ਰਾਜਨ ਨੂੰ ਇੰਡੋਨੇਸ਼ੀਆ ਦੇ ਬਾਲੀ ਵਿੱਚ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬਾਰੇ ਗ੍ਰਹਿ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਛੋਟਾ ਰਾਜਨ ਪਿਛਲੇ 2 ਦਹਾਕੇ ਤੋਂ ਫਰਾਰ ਚੱਲ ਰਿਹਾ ਸੀ ਉਸ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਸਟ੍ਰੇਲੀਆ ਦੇ ਸਿਡਨੀ ਤੋਂ ਇੰਡੋਨੇਸ਼ੀਆ ਦੇ ਬਾਲੀ ਪਹੁੰਚਿਆ ਛੋਟਾ ਰਾਜਨ ਆਸਟ੍ਰੇਲੀਆ ਵਿੱਚ ਨਾਮ ਬਦਲ ਕੇ ਰਹਿੰਦਾ ਸੀ ਰਾਜਨ ਅੰਡਰਵਰਲਡ ਦਾਊਦ ਇਬਰਾਹਿਮ ਦੇ ਨਾਲ ਕੰਮ ਕਰਦਾ ਸੀ ਪਰ 1993 ਵਿੱਚ ਮੁੰਬਈ ਬੰਬ ਧਮਾਕਿਆਂ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ ਦੀਵਾਲੀ ਦੇ ਤੋਹਫੇ ਵਜੋਂ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਨੂੰ 1 ਰੈਂਕ 1 ਪੈਨਸ਼ਨ ਦੇਣ ਜਾ ਰਹੀ ਹੈ ਕਈ ਸਾਲਾਂ ਤੋਂ ਰੁਕੀ ਪਈ 1 ਰੈਂਕ 1 ਪੈਨਸ਼ਨ ਯੋਜਨਾ ਨੂੰ ਲੈ ਕੇ ਸਰਕਾਰ ਅਤੇ ਸਾਬਕਾ ਸੈਨਿਕਾਂ ਵਿੱਚ ਸਹਿਮਤੀ ਬਣਨ ਦੇ ਬਾਅਦ ਹੁਣ ਦੀਵਾਲੀ ਤੋਂ ਇਸ ਨੂੰ ਲਾਗੂ ਕਰ ਦਿੱਤਾ ਜਾਏਗਾ ਸੂਤਰਾਂ ਮੁਤਾਬਿਕ ਇਸ ਸਬੰਧ ਵਿੱਚ ਸਾਰੇ ਜ਼ਰੂਰੀ ਕਾਗਜ਼ੀ ਕੰਮ ਪੂਰੇ ਕਰ ਲਏ ਗਏ ਨੇ ਅਤੇ ਸਿਰਫ ਹੁਣ ਬਿਹਾਰ ਚੋਣ ਖਤਮ ਹੋਣ ਦਾ ਹੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਜ਼ਿਕਰ ਖਾਸ ਹੈ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਹੀ ਇਸ ਨੂੰ ਲਾਗੂ ਕਰਨ ਦੀ ਯੋਜਨਾ ਤੇ ਕੰਮ ਕਰ ਰਹੀ ਹੈ ਸਰਕਾਰ ਦੇ ਫੈਸਲੇ ਤੇ ਸਾਬਕਾ ਸੈਨਿਕਾਂ ਨੇ ਤਸੱਲੀ ਪ੍ਰਗਟ ਕੀਤੀ ਹੈ ਯੋਜਨਾ ਤਹਿਤ 4 ਕਿਸ਼ਤਾਂ ਵਿੱਚ ਏਰੀਅਰ ਮਿਲੇਗਾ ਅਤੇ ਯੋਜਨਾ 1 ਜੁਲਾਈ 2014 ਤੋਂ ਲਾਗੂ ਹੋਏਗੀ ਜਿਸ ਤੇ 10 ਤੋਂ 12,000 ਕਰੋੜ ਰੁਪਏ ਖਰਚ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਖਣ ਨੇ ਕਿਹਾ ਕਿ ਇਸ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਦੀਵਾਲੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾ ਤਾਂ ਕੋਈ ਆਤਿਸ਼ਬਾਜ਼ੀ ਕੀਤੀ ਜਾਏਗੀ ਅਤੇ ਨਾ ਹੀ ਇਸ ਦੌਰਾਨ ਦੀਪਮਾਲਾ ਕੀਤੀ ਜਾਏਗੀ ਜਥੇਦਾਰ ਅਵਤਾਰ ਸਿੰਘ ਮੱਕੜ ਆਪਣੇ ਦਫ਼ਤਰ ਵਿਖੇ 5 ਪਿਆਰਿਆਂ ਨਾਲ ਬੈਠਕ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਦੌਰਾਨ ਮੀਡੀਆ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਕਹਿਣਾ ਸੀ ਕਿ ਇਸ ਵਾਰ ਕਾਲੀ ਦੀਵਾਲੀ ਤਾਂ ਨਹੀਂ ਹੋਏਗੀ ਪਰ ਆਤਿਸ਼ਬਾਜ਼ੀ ਅਤੇ ਦੀਪਮਾਲਾ ਨਹੀਂ ਕੀਤੀ ਜਾਏਗੀ ਆਤਿਸ਼ਬਾਜ਼ੀ ਨੋ ਦੀਪਮਾਲਾ
ਪੰਜਾਬ ਦੇ ਨਵਨਿਯੁਕਤ ਡੀਜੀਪੀ ਸੁਰੇਸ਼ ਅਰੋੜਾ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਨੇ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਉਹਨਾਂ ਦੇ ਨਾਲ ਅੰਮ੍ਰਿਤਸਰ ਦੇ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਰੇਸ਼ ਅਰੋੜਾ ਨੂੰ ਐਸਡੀਪੀਸੀ ਦੇ ਮੁੱਖ ਸਕੱਤਰ ਵੱਲੋਂ ਸਿਰੋਪਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਉਹਨਾਂ ਕਿਹਾ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਲਈ ਅਰਦਾਸ ਕਰਨ ਆਏ ਸਨ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਬਾਰੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਾਡੇ ਪੰਜਾਬੀ ਭਾਈਚਾਰੇ ਦੀ, ਸਾਡੇ ਪੰਜਾਬ ਦੀ ਖੁਸ਼ਹਾਲੀ ਕਾਇਮ ਰਹੇ ਔਰ ਅਸੀਂ ਆਪਣੇ ਮਕਸਦ 'ਚ ਕਾਮਯਾਬ ਹੋ ਸਕੀਏ ਔਰ ਜੋ ਵੀ ਸਾਡਾ ਪੁਲਿਸ ਵੱਲੋਂ ਇੱਕ ਸਾਡੇ ਫਰਜ਼ ਪੂਰਾ ਕਰਨਾ ਬਣਦਾ ਉਹ ਅਸੀਂ ਪੂਰਾ ਕਰ ਸਕੀਏ। ਅੱਜ ਪਟਿਆਲਾ ਦੇ ਜ਼ਿਲ੍ਹਾ ਸੈਸ਼ਨ ਕੋਰਟ ਵਿੱਚ ਬਹੁ ਕਰੋੜੀ ਨਸ਼ਾ ਤਸਕਰੀ ਦੇ ਕੇਸ ਵਿੱਚ ਫਸੇ ਹੋਏ ਅਧਿਕਾਰੀ ਜਗਦੀਸ਼ ਪੋਲਾ ਦੀ ਪੇਸ਼ੀ ਹੋਈ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਇਸ ਪੇਸ਼ੀ ਦੌਰਾਨ ਪੋਲਾ ਨੂੰ ਮੁੰਬਈ ਤੋਂ ਲਿਆਂਦਾ ਗਿਆ ਸੀ। ਹਰਿਮੰਦਰ ਸਿੰਘ ਮੈਦਾਨ ਦੀ ਅਦਾਲਤ ਵਿੱਚ ਪੇਸ਼ੀ ਦੀ ਕਾਰਵਾਈ ਮੁਕੰਮਲ ਹੋਈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 30 ਨਵੰਬਰ 2015 ਨੂੰ ਹੋਵੇਗੀ। ਉਧਰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਸ ਮਾਮਲੇ ਵਿੱਚ ਚਾਰਜਸ਼ੀਟਾਂ ਦਾਖਲ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੋਲਾ ਵੱਲੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਅਪੀਲ 'ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਫਰਦਰ ਚਾਰਜਸ਼ੀਟ ਦਾਖਲ ਕਰਾਂਗੇ, ਨਹੀਂ ਇਹ ਨਹੀਂ ਪਤਾ ਮੈਨੂੰ। ਰੁਕਾ ਲੈਣੇ ਕੁਝ ਹੋਰ ਖਬਰਾਂ ਵੱਲ। ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣ ਵਿਖੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਮਿੱਠੀ ਯਾਦ ਵਿੱਚ 27ਵਾਂ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਤਪ ਸਥਾਨ ਵਿਖੇ ਬਾਬਾ ਅਮਰੀਕ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ। ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਸਮਾਗਮ ਵਿੱਚ ਸ਼ਾਮਿਲ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। 3 ਦਿਨ ਤੱਕ ਹੋਏ ਇਹਨਾਂ ਮਹਾਨ ਧਾਰਮਿਕ ਸਮਾਗਮਾਂ ਦੀ ਸਮਾਪਤੀ ਉਪਰੰਤ ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ ਅਤੇ ਸੰਤ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਸੰਗਤਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਜਤਾਇਆ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੇ ਵਿਖਾਇਆ ਗਿਆ ਸੀ। ਚਾਹੇ ਉਹ ਟੀਵੀ ਰਾਹੀਂ ਜਾਂ ਇੱਥੇ ਆਣ ਕੇ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ, ਸਭ ਦਾ ਧੰਨਵਾਦ ਹੈ ਅਤੇ ਆਸ ਕਰਨੇ ਹਾਂ ਕਿ ਸੱਚੇ ਪਾਤਸ਼ਾਹ ਜਿਹੜਾ ਸਮਾਗਮ ਦਾ ਮਨੋਰਥ ਸੀ ਉਸ ਵਿੱਚ ਆਪਾਂ ਕੁਛ ਹੱਦ ਤੱਕ ਜਾਂ ਕਿਸੇ ਤਰੀਕੇ ਜੋ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਸਫਲ ਹੋ ਸਕੀਏ। ਸਾਡੇ ਸਮਾਗਮ ਇੱਥੇ ਸਮਾਗਮ ਮਨਾਉਣ ਦਾ ਮਨੋਰਥ ਇਹੀ ਸੀ ਕਿ ਸੰਗਤ ਅੰਮ੍ਰਿਤਧਾਰੀ ਹੋਵੇ, ਗੁਰੂ ਦੇ ਲੜੇ ਲੱਗੇ ਗੁਰਮਤਿ ਦੀ ਧਾਰਨੀ ਹੋਵੇ, ਵੱਧ ਤੋਂ ਵੱਧ ਪ੍ਰਾਣੀ ਅੰਮ੍ਰਿਤ ਛਕਣ, ਬਾਣੀ ਬਾਣੇ ਨਾਲ ਜੁੜਨ ਅਤੇ ਆਪਣੇ ਪੰਥਕ ਫਰਜ਼ਾਂ ਨੂੰ ਪਛਾਣਨ। ਅੱਜ ਜੋ ਸਮਾਂ ਚੱਲ ਰਿਹਾ ਹੈ ਜਿਵੇਂ ਪੰਥ 'ਤੇ ਭੀੜ ਬਣੀ ਹੋਈ ਹੈ ਅਤੇ ਬੜੇ ਗੁਰਮੁਖ ਪਿਆਰੇ ਬੜੀ ਸਿੱਖ ਸੰਗਤ ਆਪਣੇ ਫਰਜ਼ਾਂ ਨੂੰ ਪਛਾਣਦੀ ਹੋਈ ਰੋਡਾਂ 'ਤੇ ਨਿਕਲੀ ਹੈ ਸਤਿਗੁਰੂ ਦੇ ਸਤਿਕਾਰ ਨੂੰ ਬਹਾਲ ਕਰਨ ਵਾਸਤੇ, ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ। ਸੋ ਇਸ ਲਈ ਇੱਦਾਂ ਹੀ ਆਪਾਂ ਨੂੰ ਸੁਹਿਰਦ ਹੋ ਕੇ ਸੋਚਣਾ ਚਾਹੀਦਾ, ਸੁਹਿਰਦ ਹੋ ਕੇ ਕੰਮ ਕਰਨਾ ਚਾਹੀਦਾ ਤਾਂ ਜੋ ਆਪਾਂ ਆਪਣੇ ਮਿਸ਼ਨ ਵਿੱਚ ਕਾਮਯਾਬ। ਗੁਰੂ ਪਿਆਰੇ ਸਾਧ ਜੀ, ਜਿਹੜਾ ਸਮਾਗਮ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਗੁਰਦੁਆਰਾ ਤਪ ਸਥਾਨ 'ਤੇ 27ਵਾਂ ਗੁਰਮਤਿ ਸਮਾਗਮ ਚੱਲ ਰਿਹਾ ਸੀ, ਉਸ ਵਿੱਚ ਜਿੰਨੇ ਵੀ ਪੰਥ ਪ੍ਰਸਿੱਧ ਰਾਗੀ ਸਿੰਘ, ਕਥਾਵਾਚਕ ਅਤੇ ਹੋਰ ਵੀ ਜਥੇਬੰਦੀਆਂ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰੀ ਆ, ਮੈਂ ਤਹਿ ਦਿਲ ਉਹਨਾਂ ਦਾ ਧੰਨਵਾਦੀ ਹਾਂ ਅਤੇ ਆਸ ਕਰਦਾ ਹਾਂ ਕਿ ਇਹੋ ਜਿਹੇ ਗੁਰਮਤਿ ਸਮਾਗਮ ਪੰਜਾਬ 'ਚ ਹੁੰਦੇ ਰਹਿਣ ਅਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਤੋਂ ਸੇਧ ਲੈ ਕੇ ਆਪਣਾ ਜੀਵਨ ਸਹੀ ਕਰ ਸਕੇ। ਤੇ ਰੁਕਾ ਲੈਂਦੇ ਹੁਣ ਦਿੱਲੀ ਵੱਲ। ਦਿੱਲੀ ਸਟੇਟ ਟੈਕਸੀ ਆਪਰੇਟਰ ਸੁਸਾਇਟੀ ਦੀ ਚੋਣ ਵਿੱਚ ਗੁਰਿੰਦਰ ਗਰੁੱਪ ਜਿੱਤਣ ਤੋਂ ਬਾਅਦ ਮਾਤਾ ਸੁੰਦਰੀ ਗੁਰਦੁਆਰੇ ਵਿੱਚ ਸ੍ਰੀ ਅਖੰਡ ਸਾਹਿਬ ਦੇ ਭੋਗ ਪਾ ਕੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਗਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਅਤੇ ਪੰਜਾਬ ਤੋਂ ਅਨੰਦਪੁਰ ਸਾਹਿਬ ਦੇ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਦਿੱਲੀ ਸਟੇਟ ਟੈਕਸੀ ਆਪਰੇਟਰਸ ਨੂੰ ਸਿਰੋਪਾ ਸਾਹਿਬ ਭੇਟ ਕੀਤਾ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਬਾਖੂਬੀ ਪੂਰਾ ਕਰਨ। ਅੱਜ ਟੈਕਸੀ ਸਟੇਟ ਯੂਨੀਅਨ ਦੀ ਜਿਹੜੀ ਇੱਥੇ ਇਲੈਕਸ਼ਨ ਸੀ ਉਹਦੇ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਆਲਮੋਸਟ ਸਾਰੀ ਸੀਟਾਂ 'ਤੇ ਸਾਡੇ ਬੰਦੇ ਜਿੱਤੇ ਨੇ। ਗੁਰਵਿੰਦਰ ਸਿੰਘ ਪ੍ਰਧਾਨ ਜਿਹੜੇ ਨੇ ਬਣੇ ਨੇ ਅਤੇ ਸਾਰੀ ਟੀਮ ਜਿੱਤੀ ਆ, ਉਹਨਾਂ ਨੂੰ ਵਧਾਈ ਦੇਣ ਲਈ ਨਵੀਂ ਟੀਮ ਨੂੰ ਔਰ ਉਹਨਾਂ ਦਾ ਧੰਨਵਾਦ ਕਰਨ ਲਈ ਮੈਂ ਆਇਆ, ਕਿਉਂਕਿ ਜ਼ਿਆਦਾਤਰ ਲੋਕ
ਸ੍ਰੀ ਅਨੰਦਪੁਰ ਸਾਹਿਬ ਹਲਕੇ ਨਾਲ ਸੰਬੰਧਿਤ ਵੀ ਸੀ। ਵੈਸੇ ਵੀ ਪੰਜਾਬ ਦੇ ਨੇ ਜ਼ਿਆਦਾ ਇੱਧਰ ਕਾਰੋਬਾਰੀ ਲੋਕ ਇੱਥੇ ਟੈਕਸੀਆਂ ਦਾ ਕੰਮ ਕਰਦੇ ਜਿਹੜੇ, ਔਰ ਬਹੁਤ ਛੋਟੇ ਲੈਵਲ ਤੋਂ ਸ਼ੁਰੂ ਹੋ ਕੇ ਵੱਡੇ ਲੈਵਲ 'ਤੇ ਟਰਾਂਸਪੋਰਟਰ ਬਣੇ ਨੇ। ਇਹਨਾਂ ਨੇ ਮਿਹਨਤ ਕੀਤੀ ਆ ਔਰ ਬੜੀਆਂ ਚੁਣੌਤੀਆਂ ਨੇ ਟੈਕਸੀ ਦੇ ਕਾਰੋਬਾਰ ਵਾਲੇ ਲੋਕਾਂ ਲਈ, ਉਹਨਾਂ ਦਾ ਵੀ ਜ਼ਿਕਰ ਇੱਥੇ ਹੋਇਆ। ਔਰ ਖਾਸ ਤੌਰ 'ਤੇ ਜਿਹੜੀਆਂ ਸਾਡੀਆਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਾਂ ਨੇ ਉਹ ਬਹੁਤ ਮਹਿੰਗੇ ਵਿਆਜ 'ਤੇ ਲੋਨ ਦਿੰਦੀਆਂ ਨੇ ਔਰ ਸ਼ਰਤਾਂ ਬੜੀਆਂ ਸਖਤ ਰੱਖਦੀਆਂ ਨੇ, ਅਤੇ ਇਸ ਕਿਸਮ ਦੀਆਂ ਸੁਸਾਇਟੀਆਂ ਬਣਾ ਕੇ ਕੋਆਪਰੇਟਿਵ ਸੈਕਟਰ ਵਾਂਗ ਇਸ ਕਾਰੋਬਾਰ ਵਾਲੇ ਲੋਕਾਂ ਨੇ, ਟੈਕਸੀਆਂ ਵਾਲਿਆਂ ਨੇ ਇਹ ਸੁਸਾਇਟੀ ਬਣਾਈ ਆ। ਔਰ ਮੈਂ ਸਮਝਦਾ ਕਿ ਗੁਰਵਿੰਦਰ ਸਿੰਘ ਦੀ ਪ੍ਰਧਾਨੀ ਹੇਠਾਂ ਜਿਹੜੀ ਇਹ ਚੋਣ ਹੋਈ ਆ, ਇਹ ਬਹੁਤ ਵਧੀਆ ਰਾਹਤ ਮਿਲੂਗੀ ਟੈਕਸੀ ਵਾਲਿਆਂ ਨੂੰ। ਮੈਂ ਸਮਝਦਾ ਵਾਂ ਕਿ ਗੁਰੂ ਮਹਾਰਾਜ ਬਖਸ਼ਿਸ਼ ਕਰਨ ਜਿਨ੍ਹਾਂ ਨੂੰ ਸੇਵਾ ਮਿਲੀ ਹੈ। ਬਹੁਤ ਵੱਡੀ ਸੁਸਾਇਟੀ ਹੈ, ਟੈਕਸੀਆਂ ਵਾਲੇ ਵੀਰ ਜਿਹੜੇ ਨੇ ਮਿਹਨਤ ਕਰਕੇ ਇੱਕ ਇੱਕ ਗੱਡੀ ਤੋਂ ਇਹਨਾਂ ਨੇ ਅੱਜ 50-50 ਗੱਡੀਆਂ ਪਾਈਆਂ ਨੇ, ਲੋਕਾਂ ਨੂੰ ਰੁਜ਼ਗਾਰ ਦਿੰਦੇ ਨੇ ਔਰ ਦਿੱਲੀ ਨੂੰ ਇੱਕ ਸੇਫ ਟਰਾਂਸਪੋਰਟ ਸਿਸਟਮ ਦਿੰਦੇ ਨੇ। ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣ, ਗੁਰੂ ਬਖਸ਼ਿਸ਼ ਕਰੇ। ਸਥਾਨ 'ਤੇ ਜਿੱਥੇ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਸਮੂਹ ਮੈਂਬਰ ਸਹਿਬਾਨ ਪ੍ਰਬੰਧਕ ਕਮੇਟੀ ਇਕੱਤਰ ਹੋਏ ਆ, ਇਸ ਹੀ ਮਹਾਨ ਸਥਾਨ 'ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਚੋਣ ਮੁਹਿੰਮ ਦੀ ਸ਼ੁਰੂ ਕੀਤੀ ਸੀ। ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ ਹੈ ਕਿ ਪੂਰੀ ਟੀਮ ਗੁਰਵਿੰਦਰ ਸਿੰਘ ਗਰੁੱਪ ਦੀ ਅਗਵਾਈ ਦੇ ਵਿੱਚ ਜੋ 9 ਮੈਂਬਰੀ ਪ੍ਰਬੰਧਕ ਕਮੇਟੀ ਹੈ, ਸਾਰੇ ਹੀ ਮੈਂਬਰ ਇਸ ਟੀਮ ਦੇ ਜਿੱਤੇ ਨੇ ਔਰ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਜਿੱਥੇ ਇਸ ਸਥਾਨ 'ਤੇ ਪੂਰੀਆਂ ਮੈਂਬਰ ਸਹਿਬਾਨ ਨੇ, ਪ੍ਰਬੰਧਕ ਕਮੇਟੀ ਨੇ, ਸਾਡੇ ਖਾਸ ਤੌਰ 'ਤੇ ਵਿਸ਼ੇਸ਼ ਸੱਦੇ 'ਤੇ ਆਏ ਹੋਏ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੱਦੂਮਾਜਰਾ ਸਾਹਿਬ ਨੇ ਜੋ ਅਨੰਦਪੁਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ, ਕਿਉਂਕਿ ਇਹਨਾਂ ਦੇ ਹਲਕੇ ਦੇ ਨਾਲ ਸੰਬੰਧਿਤ ਲਗਭਗ 5000 ਮੈਂਬਰਾਂ ਦੇ ਵਿੱਚੋਂ 4000 ਮੈਂਬਰ ਜੋ ਹੈ ਉਸ ਰੋਪੜ ਦੇ ਹਲਕੇ ਤੋਂ ਸੰਬੰਧਿਤ ਹੈ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਹੈ। ਮੈਂ ਸਮੂਹ ਮੈਂਬਰ ਸਹਿਬਾਨ ਦਾ, ਪ੍ਰੋਫੈਸਰ ਚੱਦੂਮਾਜਰਾ ਸਾਹਿਬ ਦਾ ਔਰ ਸਮੂਹ ਸੰਗਤਾਂ ਦਾ ਜਿਨ੍ਹਾਂ ਨੇ ਆਪਣਾ ਆਸ਼ੀਰਵਾਦ ਦੇ ਕੇ ਇਸ ਕਮੇਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਔਰ ਆਸ ਕਰਦਾ ਹੈ ਕਿ ਇਹ ਕਮੇਟੀ ਜੋ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਿਹਤਰੀ ਦੇ ਨਾਲ ਕੰਮ ਕਰਕੇ ਟਰਾਂਸਪੋਰਟਰ ਸਾਥੀਆਂ ਨੂੰ ਜੋ ਰਾਹਤ ਹੈ ਉਹ ਪਹੁੰਚਾਏਗੀ। ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਰੋਸ ਵਜੋਂ ਦਿੱਲੀ ਦੀ ਸਮੂਹ ਸੰਗਤ ਤੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਰਾਗੀ ਦਿੱਲੀ ਕਮੇਟੀ ਵੱਲੋਂ ਦਿੱਲੀ ਦੇ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਸ਼ਾਂਤਮਈ ਧਰਨਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਮੂਹ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਦੀ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਗੋਲੀਕਾਂਡ ਵਿੱਚ ਮਾਰੇ ਗਏ 2 ਸਿੱਖ ਨੌਜਵਾਨਾਂ ਦੇ ਕਾਤਲਾਂ ਵਿਰੁੱਧ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਉਹਨਾਂ ਸਮੂਹ ਸਿੱਖ ਸੰਗਤ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਅਤੇ ਸਮੂਹ ਸੰਗਤਾਂ ਨੂੰ ਸਾਰੇ ਧਰਮਾਂ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ। ਦਿੱਲੀ ਦੀ ਸਰੋਜਨੀ ਨਗਰ ਮਾਰਕੀਟ ਵਿੱਚ ਦੇਰ ਰਾਤ ਦਿੱਤੇ ਗਏ ਨਿਰਦੋਸ਼ ਦੇ ਅਨੁਸਾਰ ਖਾਣਾ ਨਾ ਮਿਲਣ ਤੇ ਨਾਰਾਜ਼ ਕੁਝ ਲੋਕਾਂ ਨੇ ਰੈਸਟੋਰੈਂਟ 'ਚ ਤੋੜਫੋੜ ਕੀਤੀ। ਇਸ ਦੌਰਾਨ ਉਹਨਾਂ ਵੱਲੋਂ ਰੈਸਟੋਰੈਂਟ ਮਾਲਕ ਤਨਵੀਰ ਸਿੰਘ ਦੇ ਨਾਲ ਕੁੱਟਮਾਰ ਵੀ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਰੈਸਟੋਰੈਂਟ ਵਿੱਚ ਲੱਗੇ CCTV ਫੁਟੇਜ ਦੇ ਆਧਾਰ 'ਤੇ ਮਾਰਕੀਟ ਵਿੱਚ ਸ਼ਾਮਿਲ ਲੋਕਾਂ ਨੂੰ ਹਿਰਾਸਤ ਵਿੱਚ ਤਾਂ ਲੈ ਲਿਆ, ਪਰ ਬਾਅਦ ਵਿੱਚ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਗੌਰਤਲਬ ਹੈ ਕਿ ਰਿਹਾਈ ਤੋਂ ਬਾਅਦ ਵੀ ਇਹ ਲੋਕ ਰੈਸਟੋਰੈਂਟ ਮਾਲਕ ਤਨਮੀਤ ਨੂੰ ਤੰਗ ਅਤੇ ਪਰੇਸ਼ਾਨ ਕਰਨ ਲੱਗ ਪਏ ਅਤੇ ਉਸਦੀ ਪਗੜੀ ਵੀ ਉਤਾਰ ਦਿੱਤੀ, ਜਿਸ ਤੋਂ ਬਾਅਦ ਤਨਮੀਤ ਸਿੰਘ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਪਰ ਬਾਰ ਬਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਤਨਮੀਤ ਸਿੰਘ ਨੇ ਇਸ ਘਟਨਾ ਦੀ ਸੂਚਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਨੂੰ ਦਿੱਤੀ ਅਤੇ ਉਹਨਾਂ ਤੁਰੰਤ ਸਰੋਜਨੀ ਨਗਰ ਦੇ ACP ਅਤੇ SHO ਨੂੰ ਇਸ ਮਾਮਲੇ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ। ਕੋਸ਼ਿਸ਼ ਕੀਤੀ ਕਿ ਆਪਣਾ ਕਾਮ ਡਾਊਨ ਹੋ ਜਾਓ, ਅਗਰ ਤੁਹਾਡਾ ਕੁਝ ਗਲਤ ਆਰਡਰ ਹੈ ਅਸੀਂ ਆਪਣਾ ਜੋ ਵੀ ਇਹ ਹਰਜ਼ਾਨਾ ਤੁਹਾਨੂੰ ਦੇਣ ਨੂੰ ਤਿਆਰ ਹਾਂ, ਤੁਹਾਡੇ ਪੈਸੇ ਵਾਪਸ ਕਰਨ ਨੂੰ ਤਿਆਰ ਹੈ, ਤੁਹਾਡਾ ਆਰਡਰ ਰਿਪਲੇਸ ਕੀਤਾ ਜਾਏਗਾ। ਤਾਂ ਇਹਨਾਂ ਨੇ ਫਿਰ ਵੀ ਗੱਲਾਂ ਨਹੀਂ ਸੁਣੀਆਂ, ਇਹਨਾਂ ਨੇ ਗਾਲਾਂ ਸ਼ਾਲਾਂ ਕੱਢੀਆਂ। ਇਹਨਾਂ ਨੇ ਇਹ ਕਿਹਾ ਕਿ ਸਰਦਾਰ ਤੇਰੀ ਪਗੜੀ ਉਖਾੜ ਦੇਂਗੇ, ਤੇਰੇ ਕੋਲ ਦੁਕਾਨ ਕੋ ਆਗ ਲਗਾ ਦੇਂਗੇ, ਤੇਰੇ ਕੋਲ ਆਪਣਾ ਦੁਕਾਨ ਕੋ ਭਸਮ ਕਰ ਦੇਂਗੇ, ਤੇਰੇ ਕੋ ਮਾਰ ਦੇਂਗੇ। ਇਹਨਾਂ ਨੇ ਗੱਲਾਂ ਕਰਨ ਸ਼ੁਰੂ ਕੀਤੀਆਂ, ਧੱਕਾ ਮੁੱਕੀ ਸ਼ੁਰੂ ਹੋਈ। ਧੱਕਾ ਮੁੱਕੀ ਦੇ ਬਾਅਦ ਇਹਨਾਂ ਨੇ 4-5 ਬੰਦੇ ਹੋਰ ਬੁਲਾ ਲਏ, ਫਿਰ ਗੱਡੀਆਂ ਵਿੱਚ ਆਪਣਾ ਭਰ ਕੇ 2-4 ਬੰਦੇ ਹੋਰ ਆ ਗਏ ਅਤੇ ਕੁਛ 9-10 ਬੰਦੇ ਆਪਣਾ ਘੁਸ ਕੇ ਆਪਣਾ ਦੁਕਾਨ 'ਤੇ ਆਪਣਾ ਤੋੜਫੋੜ ਕੀਤੀ, ਮੈਨੂੰ ਮਾਰਿਆ, ਮੇਰੀ ਪਗੜੀ ਉਛਾਲੀ ਅਤੇ ਉਹਦੇ ਬਾਅਦ ਆਪਣਾ ਇਹ ਨੱਸ ਕੇ ਆਪਣਾ ਚਲੇ ਗਏ। ਫਿਰ ਅਸੀਂ ਆਪਣਾ ਥਾਣੇ 'ਚ ਆਪਣਾ ਰਿਪੋਰਟ ਲਿਖਵਾਉਣ ਗਏ, ਥਾਣੇ ਵਿੱਚ ਆਪਣਾ ਰਿਪੋਰਟ ਪਹਿਲੇ ਤਾਂ ਦਰਜ ਨਹੀਂ ਹੋ ਰਹੀ ਸੀਗੀ, ਬੜੀ ਮੁਸ਼ਕਿਲਾਂ ਨਾਲ ਆਪਣਾ ਪਹਿਲੇ ਉਹਨਾਂ ਨੇ ਰਿਪੋਰਟ ਦਰਜ ਕਰਾਈ। ਦਰਜ ਕਰਾਉਣ ਦੇ ਬਾਅਦ ਵੀ ਆਪਣਾ ਹੁਣੇ ਤੱਕ ਜੋ ਸਾਨੂੰ FIR ਦੀ ਕਾਪੀ ਨਹੀਂ ਮਿਲੀ ਹੈ ਅਤੇ ਸਾਨੂੰ ਹੁਣੇ ਪਤਾ ਲੱਗਿਆ ਅਤੇ ਕੰਪਲੇਂਟ ਦੀ ਵੀ ਕਾਪੀ ਸਾਨੂੰ ਨਹੀਂ ਮਿਲੀ ਹੈ ਕਿ ਬਦਮਾਸ਼ ਹੁਣੇ ਫ੍ਰੀ ਘੁੰਮ ਰਹੇ ਨੇ। ACP ਸਾਹਿਬ ਮਿਸਟਰ ਤਿਆਗੀ ਇੱਥੇ ਆਏ ਨੇ, SHO ਆਇਆ ਔਰ ਜਿਹੜੀ ਇੱਥੋਂ ਦੀ ਮਾਰਕੀਟ ਐਸੋਸੀਏਸ਼ਨ ਨੂੰ ਸ਼ਿਕਾਇਤ ਹੈ SHO ਨਾਲ ਕਿ SHO ਸਾਹਿਬ ਨੇ ਜਿਸ ਤਰੀਕੇ ਨਾਲ ਇਹ ਆਖਿਆ ਕਿ ਪਗੜੀਆਂ 'ਤੇ ਉਛਲਦੀਆਂ ਰਹਿੰਦੀਆਂ, ਉਹਦਾ ਸਖ਼ਤ ਨੋਟਿਸ ਲਿਆ ਔਰ ਮੈਂ ਖੁਦ ਇੱਥੇ ਮੌਕੇ 'ਤੇ ਆਇਆ ਵਾਂ ਔਰ ACP ਸਾਹਿਬ ਆਏ ਨੇ, DCP ਨਾਲ ਮੇਰੀ ਫੋਨ 'ਤੇ ਗੱਲ ਹੋ ਗਈ ਕਿ ਇਹੋ ਜਿਹੀ ਗੱਲ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਿ ਜੇ ਜ਼ਿੰਮੇਵਾਰ ਆਦਮੀ
अगर ऐसी गल करता है तो मैं समझदा यह बड़ी गलत है, यदि ट्रांसफर होनी चाहिए अगर प्रूफ होंगे, और जिहड़े लोगों ने दंगा किया उन्होंने उत्ते केसिस बनने चाहिए। जो झगड़ा हुआ था उसके मुताबिक बयान लिखा गया है, जब उन्होंने की शिकायत थी प्रॉपर सेक्शन मुकदमा दर्ज किया, उन्हें गिरफ्तार किया। तो यहाँ के स्थानीय लोग हैं उनका ये कहना है कि जो धार्मिक भावनाएं भड़काने के लिए जो जिस तरीके से आपने जो बात की है उसके ऊपर क्या कहना है? ऐसे कोई एलिगेशन नहीं है जिसे की कोई धार्मिक भावना ऐसे चुकी भड़काएं। लंदन के गुरुद्वारा साहिब विखे एक धार्मिक समागम का आयोजन किया गया जिस विच स्थानक संगतां ने वड्डी गिनती विच हासे भरी। इस समागम की शुरुआत चौपाई साहिब के पाठ नाल कीती गई, उपरंत स्थानक संगत वल्लों रसमई कीर्तन किया गया। इस समागम विच विशेष तौर पर चढ़दी कला ग्रुप के चेयरमैन सरदार जगजीत सिंह दर्दी और मैडम जसविंदर कौर दर्दी ने हासी भरी। इस दौरान बाबा कुलविंदर सिंह जी वल्लों समागम विच पुज्जे मेहमानां ते सिख संगत का तहे दिलों धन्नवाद किया गया। सरदार जगजीत सिंह दर्दी वालों समागम विच पुज्जियां सिख संगतां नूं समागम दी वधाई दित्ती गई। उन्हां महाराजा रणजीत सिंह दे जीवन बारे दसदे हुए कहा कि महाराजा रणजीत सिंह जी ने गुरु नानक देव जी दी परंपरा नूं संभाल के रख्या अते उन्हां दे सिद्धांतां नूं लागू भी किया। सरदार दर्दी ने सिख इतिहास विच बाबा वड़पाक सिंह दे संबंधी सही जानकारी ना होण नूं दुखदाई दस्सिया। उन्हां श्री दरबार साहिब अमृतसर जी दी दुनिया विच महत्ता बारे भी संगतां नाल विचार सांझे कीते। इस धार्मिक समागम विच मैडम जसविंदर कौर दर्दी ने आईयां संगतां दा विशेष तौर ते धन्नवाद कीता। बाबा कुलविंदर सिंह जी अते गुरुद्वारा कमेटी वल्लों सरदार जगजीत सिंह दर्दी अते मैडम जसविंदर कौर दर्दी जी दा विशेष तौर ते सन्मान भी कीता गया। ਪਹਿਲੇ ਭਾਗ ਦਾ ਸਾਡੇ ਕਿ ਬਾਬਾ ਜੀ ਦੇ ਬਾਬਾ ਵਡਭਾਗ ਸਿੰਘ ਦਰਬਾਰ 'ਤੇ ਅਸੀਂ ਆਏ ਹਾਂ। ਦੂਜੇ ਵੱਡੇ ਭਾਗ ਸਾਡੇ ਜਗਜੀਤ ਸਿੰਘ ਦੀ ਦਾਦੀ ਭੈਣ ਜੀ ਜਸਵਿੰਦਰ ਕੌਰ, ਉਹ ਅੱਜ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਦਰਬਾਰ ਸਾਹਿਬ ਦੇ ਵਿੱਚ ਹੈ। ਮੈਂ ਦਾਦੀ ਸਾਹਿਬ ਜੀ ਨੂੰ ਅਰਸ਼ ਕਰਨ ਬੇਨਤੀ ਕਰਦਾ, ਸਾਰੀ ਸੰਗਤ ਦੋ ਮਿੰਟ ਵਾਸਤੇ ਖੜ੍ਹੇ ਨੇ ਹਜੇ, ਅਤੇ ਦਾਦੀ ਸਾਹਿਬ ਨੂੰ ਬੇਨਤੀ ਕਰਦਾ ਸੰਗਤਾਂ ਦੇ ਦਰਸ਼ਨ ਜ਼ਰੂਰ ਕਰ ਸਕਿਆ ਕਿ ਕੱਲ੍ਹ ਸਟੇਜ ਦੇ ਉੱਤੇ ਜੋ ਵੀ ਉਹਨਾਂ ਦੇ ਮਨ ਦੀ ਕੋਈ ਵਿਚਾਰ ਆ ਉਹ ਸੰਗਤਾਂ ਵਿੱਚ ਪੇਸ਼ ਕਰਨ। ਦਾਦੀ ਸਾਹਿਬ ਜੀ ਅਰਸ਼ ਕਰਨ ਬੇਨਤੀ ਹੈ ਸਟੇਜ 'ਤੇ। ਜਦੋਂ ਬਾਬਾ ਕੁਲਵਿੰਦਰ ਸਿੰਘ ਜੀ ਚੜ੍ਹਦੀ ਕਲਾ ਟਾਈਮ ਟੀਵੀ ਔਰ ਚੜ੍ਹਦੀ ਕਲਾ ਪਰਿਵਾਰ ਦੇ ਘਰ ਇਹਨਾਂ ਨੇ ਜਨਮ ਪਾਏ ਤਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਅੱਜ ਲੋੜ ਹੈ ਕਿ ਅਸੀਂ ਬਾਬਾ ਵਡਭਾਗ ਸਿੰਘ ਜੀ ਦੀ ਕਰਨੀ ਕਮਾਈ ਘਾਲਣਾ ਵੱਡੀ ਵਡਿਆਈ ਨੂੰ ਠੀਕ ਢੰਗ ਨਾਲ ਸੰਸਾਰ 'ਚ ਪੇਸ਼ ਕਰੀਏ। ਮੈਂ ਗੁਰੂ ਕੀ ਸਾਧ ਸੰਗਤ ਤੁਹਾਡੇ ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਦੀ ਜੋ ਤਸਵੀਰ ਲੱਗੀ ਹੈ ਇਹ ਸੰਸਾਰ ਦੇ ਵਿੱਚ ਸਭ ਤੋਂ ਸੋਹਣਾ ਅਸਥਾਨ ਹੈ। ਮੈਂ ਵੀ ਤੁਸੀਂ ਵੀ ਬਹੁਤ ਦੁਨੀਆ ਦੇਖੀ ਹੋਵੇਗੀ ਲੇਕਿਨ ਸ੍ਰੀ ਹਰਿਮੰਦਰ ਸਾਹਿਬ ਵਰਗਾ ਸੋਹਣਾ ਅਸਥਾਨ ਦੁਨੀਆ ਦੇ ਉੱਤੇ ਕੋਈ ਨਹੀਂ ਹੈ। ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ ਬਦੋ ਪੁਰਖ ਵਿਦਾਤੇ, ਬਦੋ ਪੁਰਖ ਵਿਦਾਤੇ ਤਾਂ ਤੂੰ ਸੁਣਿਆ ਫਿਰ ਹਰਿਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ। ਇਹ ਹਰਿਮੰਦਰ ਸਾਹਿਬ ਦਾ ਸੋਹਣਾ ਸਰੂਪ ਜੋ ਤੁਸੀਂ ਦੇਖਦੇ ਹੋ ਗੁਰੂ ਕੀ ਸਾਧ ਸੰਗਤ ਇਹ ਬਦੋ ਪੁਰਖ ਵਿਦਾਤੇ ਹੈ ਕਿ ਇਸ ਨੂੰ ਪੁਰਖ ਵਿਦਾਤੇ ਨੇ ਬਣਾਇਆ ਹੈ। ਬਦੋ ਪੁਰਖ ਵਿਦਾਤੇ ਤਾਂ ਤੂੰ ਸੋਇਆ, ਤੂੰ ਇਸ ਕਰਕੇ ਦੁਨੀਆਂ ਵਿੱਚ ਸੋਹਣਾ ਹੈ ਇਹ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਕਿ ਤੁਹਾਨੂੰ ਪੁਰਖ ਵਿਦਾਤੇ ਨੇ ਬਣਾਇਆ ਹੈ। ਫਿਰ ਹਰਿਮੰਦਰ ਹਰ ਜੀਉ ਸਾਜਿਆ, ਹਰੀ ਨੇ ਆਪ ਹਰਿਮੰਦਰ ਦੀ ਸਾਜਨਾ ਕੀਤੀ ਹੈ। ਰੱਖਿਆ ਹੁਕਮ ਸਵਾਰ, ਔਰ ਕੀ ਰੱਖਿਆ ਉਸ ਵਿੱਚ? ਵਾਹਿਗੁਰੂ ਦਾ ਹੁਕਮ ਸਜਾ ਕੇ ਰੱਖਿਆ ਹੈ। ਦ ਗੋਲਡਨ ਟੈਂਪਲ ਵਾਜ ਕ੍ਰੀਏਟਿਡ ਬਾਈ ਦੀ ਗ੍ਰੇਟ ਗਾਡ ਆਲ ਮਾਈਟੀ ਹਿਮਸੈਲਫ ਐਂਡ ਦੀ ਆਰਡਰ ਆਫ ਗਾਡ ਵਾਜ ਡੈਕੋਰੇਟਿਡ ਇਨ ਦੀ ਗੋਲਡਨ ਟੈਂਪਲ ਇਨ ਦੀ ਸ਼ੇਪ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਦੇਸ਼ ਦੁਨੀਆਂ ਦੀ ਬਾਕੀ ਖਬਰਾਂ ਦੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇ ਨਾਲ। ਧੰਨਵਾਦ।